और मिर्च मसाले वाली लंघनी नहीं है ना नू, वो बंद जो की है। ओही ते सारा दिन मम्मी बस इदा ही लंघ जाता, मैं सच्ची शदैन हो गई हूँ काम कर करके। छुट्टी मिल गई है बस, अज आउंदे ने। भैन जी सच मेरे दिल दी पुछो ना, इहदे डैडी नूं वी इन्ना फिकर हीगा ना कि कदों मेरी धी बोलूगी ते कदों दिल दियां गल्लां मेरे नाल करूगी। देखा गड्डे ने जारी लगी इहनूं महाराणी नूं किते। उठना नहीं है किड्डे ने जारे लैन दी, वेखा बह गए हो ना, ध्यान मेरा तेरे वाल ही आ, हुण नहीं मैं तैनूं छड्डदी, ठीक वा ना। मैनूं फोन लाउनी आ पिंड भी आउण लगी आ, अज शदैन हो गई उतन दी। हैलो ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ ਕਰਨਾ ਕੁਰਨਾ ਕੀ ਅੰਮੀ? ਮੈਂ ਤਾਂ ਸ਼ਦੈਣ ਹੋ ਗਈ ਹਾਂ ਸੱਚੀ ਕੰਮ ਕਰ ਕਰਕੇ। ਉਦਣ ਦੀ 3 ਦਿਨ ਹੋ ਗਏ ਆ ਬਸ ਰਸੋਈ ਦੇ ਵਿੱਚੋਂ ਵਿਹਲ ਨਹੀਂ ਮਿਲਦੇ ਵੀ ਕਿਤੇ ਬਾਹਰ ਆ ਕੇ ਬਹਿ ਵੀ ਜਾਵਾਂ ਘੜੀ ਕਿਤੇ ਧੁੱਪੇ। ਅਤੇ ਹੋਰ ਦੋ ਦੋ ਸਬਜ਼ੀਆਂ ਬਣਾ ਕੇ ਘੱਲਣੀਆਂ ਪੈਂਦੀਆਂ ਵਾ, ਉਹ ਮੈਡਮ ਲਈ ਵੱਖਰੀ ਬਣਾਉਣੀ ਪੈਂਦੀ ਆ। ਹੁਣ ਮਿਰਚ ਮਸਾਲੇ ਵਾਲੀ ਲੰਘਣੀ ਨਹੀਂ ਹੈ ਨਾ ਉਹਨੂੰ, ਉਹ ਬੰਦ ਜੂ ਕੀਤੀ ਹੈ। ਉਹੀ ਤੇ ਸਾਰਾ ਦਿਨ ਮੰਮੀ ਬਸ ਇੱਦਾਂ ਹੀ ਲੰਘ ਜਾਂਦਾ, ਮੈਂ ਸੱਚੀ ਸ਼ਦੈਣ ਹੋ ਗਈ ਹਾਂ ਕੰਮ ਕਰ ਕਰਕੇ। ਛੁੱਟੀ ਮਿਲ ਗਈ ਹੈ ਬਸ, ਅੱਜ ਆਉਂਦੇ ਨੇ, ਆ ਜਾਂਦੇ ਬਸ ਘੜੀ ਤੱਕ ਸਾਰਾ ਟੱਬਰ। ਤਾਂ ਕਿਹੜਾ ਮੰਮੀ ਨਾ ਹੋਣਾ ਵਾ, ਵੇਖ ਲਿਓ ਫਿਰ ਉਹਦੇ ਗੁਣ ਗਾਉਣੇ ਆ, ਜੋਤ ਇੱਦਾਂ ਵਾ ਜੋਤ ਉੱਦਾਂ ਵਾ, ਬਸ ਉਹਦੇ ਆਲੇ ਦੁਆਲੇ ਘੁੰਮਣਾ ਸਾਰੇ ਟੱਬਰ ਨੇ, ਵੇਖ ਲਿਓ ਜਦੋਂ ਘਰ ਆ ਗਏ। ਮੈਂ ਤਾਂ ਇੱਦਾਂ ਕਰਨਾ, ਮੈਂ ਹੁਣ ਰਹਿਣ ਆਉਣਾ ਸੀ ਤੁਹਾਡੇ ਕੋਲ 2 ਕੁ ਦਿਨ। ਹੋਰ ਕੀ ਆ ਮੰਮੀ, ਕੰਮ ਵੀ ਕਰਦੇ ਰਹੋ ਨਾ, ਕਿਹੜਾ ਮੁੜ ਕੇ ਹੋਣਾ ਵਾ ਵੀ ਕਰਦੀ ਹੈ, ਅਤੇ ਤੋਂ ਚੰਗਾ ਬੰਦਾ ਉਹਨਾਂ ਕੀ ਕਰ ਲਏ। ਅਤੇ ਨਾਲੇ ਕੋਈ ਨਹੀਂ, ਮੈਂ ਮਾੜਾ ਜਿਹਾ ਹੀ ਹੋਇਆ ਵਾ ਓਪਰੇਸ਼ਨ, ਉੱਥੇ ਕਿੰਨਾ ਕੁ ਹੋ ਗਿਆ ਵਾ, ਕਿਤੇ ਉੱਠ ਜਾਣਾ 3-4 ਦਿਨਾਂ ਨੂੰ, ਆਪੇ ਕਰ ਲਿਆ ਕਰੂਗੀ ਉੱਠ ਕੇ। ਨਹੀਂ ਨਹੀਂ ਮੈਂ ਆਉਣਾ ਵਾ ਰਹਿਣ, 2-4 ਦਿਨ ਮੈਂ ਰਹਿ ਕੇ ਜਾਣਾ ਆ। ਇਹ ਥੋੜ੍ਹਾ ਵੀ ਹੁਣ ਕੰਮ ਦੇ ਵਿੱਚ ਛਦਾਈ ਹੋ ਜਾਓ ਸਾਰਾ ਦਿਨ, ਰਿਸ਼ਤੇਦਾਰਾਂ ਦੇ ਆਪਣੇ ਜਾਣਾ ਹੀ ਨਹੀਂ ਕਿਤੇ। ਹਾਂਜੀ ਨਹੀਂ ਇਹ ਤਾਂ ਗੱਲ ਤੁਹਾਡੀ ਠੀਕ ਆ, ਤੁਸੀਂ ਨਾ ਆਇਓ, ਤੁਸੀਂ ਰਹਿਣ ਦਿਓ, ਮੈਂ ਤੁਹਾਨੂੰ ਉਦਣ ਵੀ ਆਖਿਆ ਤੁਸੀਂ ਆ ਕੇ ਹੀ ਕਰਨਾ ਵਾ। ਨਹੀਂ ਨਹੀਂ ਤੁਸੀਂ ਨਾ ਆਇਓ, ਮੈਂ ਫੋਨ 'ਤੇ ਤੁਹਾਡੀ ਗੱਲ ਕਰਾ ਦੂੰਗੀ, ਮਾੜਾ ਜਿਹਾ ਪੁੱਛ ਲਿਓ ਉੱਦਾਂ, ਐਵੇਂ ਨਾ ਜਿਹਾ ਹੋ ਜੂਗਾ ਵੀ ਚੱਲ ਪੁੱਛਿਆ ਵਾ, ਹੋਰ ਉੱਥੇ ਹਾਲ ਪੁੱਛਣਾ ਵਾ। ਚਲੋ ਠੀਕ ਆ ਫਿਰ ਅੰਮੀ, ਮੈਂ ਰੱਖਦੀ ਹਾਂ, ਆਉਂਦੇ ਹੀ ਹੋਣੇ ਆ, ਮੈਨੂੰ ਜਵਾਬ ਦਾ ਅੱਗੇ ਫੋਨ ਕੀਤਾ ਸੀ, ਤੂੰ ਤੁਰ ਪਏ ਸੀ ਉੱਥੋਂ। ਚਲੋ ਠੀਕ ਆ, ਓਕੇ ਓਕੇ ਚੱਲ, ਆਉਂਦੇ ਹੀ ਹੋਣੇ ਆ, ਮੈਨੂੰ ਜਾਪਦਾ ਟਾਈਮ ਕਿੰਨਾ ਹੀ ਹੋ ਗਿਆ ਉਹਨਾਂ ਨੂੰ ਤਰਿਆਂ ਨੂੰ ਉੱਥੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਆ ਗਏ ਜੀ ਤੁਸੀਂ? ਹਾਂ ਆ ਗਏ, ਜੋ ਬਣਾਉਣੀ ਆਉਣ ਡੇ ਪਿੱਛੇ ਆ ਜਾਂਦੇ ਹੋ ਵੀ। ਠੀਕ ਹੈ ਠੀਕ ਹੈ। ਆ ਲਵਲੀ ਕਿੱਥੇ ਆ? ਉਹ ਡੈਡੀ ਜੀ ਸ਼ਹਿਰ ਗਏ ਸੀ ਮੜਾਈ ਆ, ਕੋਈ ਨਹੀਂ ਆ ਜਾਂਦੇ ਆ। ਚਲੋ ਠੀਕ ਆ। ਹਾਂਜੀ ਬੈਠੋ, ਤੁਸੀਂ ਮੈਂ ਲਿਆਉਂਦੀ ਪਾਣੀ। ਠੀਕ ਆ ਰਹੋ ਭਾਅ ਜੀ, ਬੈਠੋ। ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਜਿਹੜਾ ਤੁਸੀਂ ਆਪਰੇਸ਼ਨ ਕਰਵਾਤਾ ਵਾ ਗੁੜੀਆ ਦਾ। ਉਹ ਭਾਅ ਜੀ ਧੰਨਵਾਦ ਵਾਲੀ ਕਿਹੜੀ ਗੱਲ ਆ, ਸਾਡਾ ਵੀ ਤਾਂ ਫਰਜ਼ ਬਣਦਾ ਵਾ। ਮੈਂ ਤਾਂ ਭਾਅ ਜੀ ਆਪਣਾ ਨਾ ਪੂਰੀ ਵਾਹ ਲਾਤੀ ਸੀ ਜੋ ਦੀ ਮੰਮੀ ਤੋਂ ਬਾਅਦ, ਅਤੇ ਮੈਂ ਤਾਂ ਸੋਚਿਆ ਵੀ ਹੁਣ ਨਹੀਂ ਆ ਜਾਊਗੀ ਇਹਦੀ। ਚਲੋ ਕਈ ਵਾਰੀ ਡਾਕਟਰਾਂ ਦੇ ਨਹੀਂ ਸਮਝ 'ਚ ਆਉਂਦੀ ਗੱਲ, ਠੀਕ ਆ ਨਾ, ਕੋਈ ਡਾਕਟਰ ਸਿਆਣਾ ਹੋਏ ਤਾਂ ਕੰਮ ਹੋ ਵੀ ਜਾਂਦੇ ਸਾਰੇ। ਹਾਂਜੀ ਇਹ ਤਾਂ ਗੱਲ ਹੈ ਹੀ ਆ। ਇਹਨਾਂ ਤਾਂ ਬੜਾ ਵਿਸ਼ਵਾਸ ਦਵਾਇਆ ਵਾ। ਠੀਕ ਆ, ਅਤੇ ਚਲੋ ਆਪਰੇਸ਼ਨ ਵੀ ਵਧੀਆ ਹੋ ਗਿਆ, ਬਾਕੀ ਇਹ ਆ ਵੀ ਜਿਹੜੀ ਐਕਸਰਸਾਈਜ਼ ਦੱਸਣੀ ਉਹਨਾਂ ਨੇ, ਹਾਂਜੀ ਹਾਂਜੀ, ਨਾਲ ਦਵਾਈਆਂ ਵੀ ਚੱਲਦੀਆਂ ਰਹਿਣਗੀਆਂ। ਠੀਕ ਆ, ਅਤੇ ਫਰਕ ਪੈ ਜਾਣਾ ਆਸਤਾ ਆਸਤਾ। ਠੀਕ ਠੀਕ, ਥੋੜ੍ਹਾ ਟਾਈਮ ਤਾਂ ਲੱਗਣਾ। ਟਾਈਮ ਤਾਂ ਲੱਗਣਾ ਹੀ, ਇਹ ਤਾਂ ਗੱਲ ਹੈ। ਹਾਂਜੀ ਹਾਂ, ਗਲੇ ਦਾ ਕੰਮ ਆ। ਅਤੇ ਬਾਕੀ ਸਾਡੇ ਲਾਇਕ ਸੇਵਾ ਸੇਵਾ ਭਾਅ ਜੀ, ਤੁਸੀਂ ਪੂਰਾ ਸਾਥ ਦਿੱਤਾ ਨਾਲ ਸਾਡੇ, ਕੋਈ ਗੱਲ ਹੀ ਨਹੀਂ, ਇੰਨਾ ਬੜਾ ਆਸਰਾ ਤੁਹਾਡਾ। ਉਹ ਚੱਲ ਬਹੁਤੀ ਨਹੀਂ ਤੇ ਜਿੰਨੇ ਜੋਗੇ ਹੈਗੇ ਭਾਅ ਜੀ, ਕੋਈ ਗੱਲ ਨਹੀਂ, ਇਹ ਤੁਹਾਡਾ ਹੀ ਹੈ ਸਾਰਾ ਕੁਝ, ਕੋਈ ਗੱਲ ਨਹੀਂ। ਫਿਰ ਕੀ ਹੋਇਆ? ਉਹ ਚਲੋ ਫਿਰ ਵੀ ਅਸੀਂ ਧੀ ਵਾਲੇ ਹਾਂ ਭਾਅ ਜੀ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਇਹੋ ਜੀ ਭਾਅ ਜੀ, ਕੋਈ ਲੋੜ ਹੋਊਗੀ ਦੱਸਾਂਗੇ ਜ਼ਰੂਰ, ਕੋਈ ਗੱਲ ਨਹੀਂ। ਹਾਂਜੀ ਇੰਨਾ ਬੜਾ ਭਰਾਵਾਂ ਦਾ ਸਾਥ ਹੀ। ਠੀਕ ਆ ਜੀ, ਠੀਕ, ਹਾਂਜੀ ਸਭ ਕੁਝ ਆ ਗਿਆ ਤੁਹਾਡਾ, ਕੋਈ ਗੱਲ ਹੀ ਨਹੀਂ ਇਹੋ ਜੀ। ਰੁਪਿੰਦਰ
अपने घर मैं सोचती रही भी जोत बोलन लग पूगी मेरे ना कदों गल्लां बातां करूगी। चल हुण महाराज दा लख लख शुक्र वा मेरी धी बोलन डै पी आ मेरे ना दुख सुख ते करिया ही करूगी ना। भैन जी बहुत वधिया हो गया है ना जो ऑपरेशन हो गया। हाँ बाकी तुम फिक्र ना करो मैं तो आप तरसदी हाँ भी कदों कदे मेरे गल्लां बातें करे दुख सुख साझा करे तो शुक्र किया चल यदि आवाज़ वापस आई कि घर च रौनक लगेगी गल्लां बातें दसोगी। भैन जी ज्यों यदि जबान गई है ना चल ये मम्मी तो इदा होगी पर अं कोई कसर नहीं छी जिथे दस पैनी ना उत्थे लैके इनू चल जाना। कुछ साडे कर्मां का हिसाब किताब ला लो तो कुछ इन्हां दे कर्मां का ला लो बाकी सोभा ताड़े कर्मा च होगी तो तुही सोभा खटनी होगी। चलो भैन जी करन वाला तो वाहेगुरु आ साडे हाथ बस की ही। भैन जी सच मेरे दिल दी पुछो ना इहदे डैडी नूं भी इन्ना फिक्र हीगा ना भी कदों मेरी धी बोलूगी ते कदों दिल दीआं गल्लां मेरे नाल करूगी। अज वेख्या नहीं तुसीं किन्ने खुश ही भी चल जोत बोलन लग पूगी। नहीं भाजी बड़े खुश ही ते शुक्र कीता उन्होंने चलती अपनी जिहड़ी आ दुख सुख मैनूं दसूगी भी सहुरे घर किन्नी खुश आ। सब तो वड्डी खुशी तो भैन जी सानू ये आ कि साडी जोत नू परिवार बड़ा वधिया मिल गया वा तुसीं मां प्यो वांगू ही प्यार उहनू करदे जे कदी कोई कमी महसूस नहीं होण दित्ती उहनू। चलो भैन जी मेरी सुणो गल जदों इह विआह के लिआई दीआं ने ना इह धीआं जिहड़ीआं साडीआं हुंदीआं जे कोई समझे ते असल धीआं ते इहो ही ने पर भैन जी कोई समझे ते फिर ही आ ना। हाँ जी नहीं तो कई तो बगानियां धीआं कह के टाइम पास कर लैंदे आ। हाँ जी हाँ जी नहीं चलो ये तो ना सोच जिहड़ी बदलनी चाहीदी भैन जी मेरे हिसाब नाल। हाँ जी जड़िया नौवां ने ना असल में धीआं उहो ही ने उन्होंने ही पुछना गिछना हुंदा आ धीआं नूं तां विआह के सहुरे घल देईदा आ ते उह कदे कदे आण के राजी खुशी पुछ के आपां आपणे घरी चल जाणगीआं। सही गल तां इहनां ने ही कोर है ना। नहीं है बड़ी चंगी वेखिओ बोलण डै पई ना तुहाडी किद्दां सेवा करिआ करदी आ तुहाडे अगे पिछे इन्ने भज्जी रिहा करना वा। चलो भैन जी गल सुणो मेरी हुण दपिंदर ही हाँ जी ते उह वी बड़ा सोहणा मतलब है ना साडे नाल विचरदी ही परिवार विच ते उहनूं वेखूगी कि मेरी जठाणी इदां रहिंदी आ आपे मुड़ के चलो यह भी सीखूगी भी परिवार में किदा रहना। बाकी तेन बेचारी पढ़ लिखन का बड़ा शौक ही। हाँ जी भी मैं पढ़ लिख के तो जज बनना वा। अच्छा पर किस्मत माड़ी। चलो कोई गल नहीं भैन जी जे यदा पढ़न का शौक है ना तो ये डैडी ने वह भी पूरा कर देना। इन्हों ना भैन जी बड़ा शौक ही बच्चों ने पढ़ाने का हूँ जो बनो तो लवली न कि पढ़ाया खाया इन्होंने। हाँ जी अपना कारोबार जोड़ा ले फिरन डे बड़ा वजी आराम तो इन्होंने ना दपिंदर भी कहा जो विह हो ना भी जो तू पढ़ना आ तो तेन ही अगे पा दें पढ़ ला तो पर चलो वह भी सियानी उन्हें वेख्या भी घर का काम कार जरा मम्मा
ਕਿੱਦਾਂ ਕੱਲੀ ਕਰਿਆ ਕਰੋ। ਚਲੋ ਭੈਣ ਜੀ, ਬੱਚਾ ਸਿਆਣਾ ਹੋਵੇ ਤੇ ਘਰ ਬਾਰੇ ਸੋਚਦਾ ਹੀ ਆ। ਰੁਪਿੰਦਰ ਸਿਆਣੀ ਸੀ, ਉਹਨੇ ਸੋਚਿਆ ਵੀ ਮੰਮੀ ਕੱਲੀ ਕੋਈ ਨਾ ਕੰਮ ਨਹੀਂ ਹੋਣਾ, ਤੇ ਮੈਂ ਪੜ੍ਹਾਈ ਚੋਂ ਕੀ ਲੈਣਾ ਵਾ, ਸਭ ਕੁਝ ਵਧੀਆ ਵਾ ਘਰ। ਹਾਂਜੀ, ਤੇ ਚੱਲ ਮੈਂ ਤੇ ਇਹ ਸੋਚਣੀ ਆ ਵੀ ਜੇ ਜੋਤ ਦਾ ਸੁਪਨਾ ਸੀ ਨਾ ਤੇ ਇਹਦਾ ਹੁਣ ਪੂਰਾ ਮਹਾਰਾਜ ਕਰੇ। ਹਾਂਜੀ ਹਾਂਜੀ, ਨਹੀਂ ਨਹੀਂ ਭੈਣ ਜੀ, ਪੜ੍ਹਾਵਾਂਗੇ ਜੋਤ ਨੂੰ, ਜੇ ਪੜ੍ਹਨਾ ਚਾਹੁੰਦੀ ਹੈ ਨਾ ਤੇ ਪੜ੍ਹਾਵਾਂਗੇ। ਮੰਮੀ ਜੀ, ਚਾਹ ਬਣ ਗਈ ਸੀ ਤੇ ਪੀ ਲਓ ਆ ਕੇ। ਠੀਕ ਹੈ ਪੁੱਤ, ਚਲ ਆ ਜਾ ਭੈਣ ਜੀ। ਵੇਖਾਂ ਗੱਡੇ ਨਜ਼ਾਰੇ ਲੱਗੇ ਇਹਨੂੰ ਮਹਾਰਾਣੀ ਨੂੰ ਕਿਤੇ। ਉੱਠਣਾ ਨਹੀਂ ਆ, ਕਿੱਡੇ ਨਜ਼ਾਰੇ ਲੈਣ ਦੀ ਵੇਖਾਂ ਬਹਿ ਗਏ। ਨਾਲੇ ਉਦੋਂ ਤੈਨੂੰ ਮੈਂ ਕਿਹਾ ਸੀ ਨਾ ਘਰ ਨਾ ਕਰਦੇ ਵੀ ਨਹੀਂ ਓਪਰੇਟ ਕਰਾਉਣਾ ਮੈਂ, ਤੂੰ ਕੀਤੀ ਕਿਉਂ ਨਹੀਂ ਸੀ ਦੱਸ? ਬੋਲਦੀ ਨਹੀਂ ਆ, ਅੱਗੇ ਤੈਨੂੰ ਮੈਂ ਹੌਲੇ ਭਾ ਲੈਂਦੀ ਸੀ ਨਾ ਤਾਂ ਹੁਣ ਹੀ ਤੈਨੂੰ ਮੈਂ ਛੱਡਦੀ ਵੇਖ ਲਈ। ਹੁਣ ਨਾ ਧਿਆਨ ਮੇਰਾ ਤੇਰੇ ਵੱਲ ਹੀ ਆ, ਹੁਣ ਨਹੀਂ ਮੈਂ ਤੈਨੂੰ ਛੱਡਦੀ, ਠੀਕ ਵਾ ਨਾ? ਭਾਜੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਵਾ ਵੀ ਜੋਤ ਠੀਕ ਹੋ ਗਈ ਆ, ਪਰ ਇਹ ਦੇਣ ਸਾਰੀ ਤੁਹਾਡੀ ਆ, ਤੁਸੀਂ ਹਿੰਮਤ ਕੀਤੀ ਆ ਨਾ ਫਿਰ ਠੀਕ ਹੋਈ ਜੋਤ। ਚਲੋ ਇਹ ਪਰਮਾਤਮਾ ਕਰਨ ਵਾਲਾ, ਸਾਡੇ ਹੱਥ ਵਸ ਨਹੀਂਗਾ, ਉਹਦੀ ਮਿਹਰਬਾਨੀ। ਚਲੋ ਕਰਦਾ ਤੇ ਪਰਮਾਤਮਾ, ਪਰ ਹੀਲਾ ਵਸੀਲਾ ਦੇ ਬੰਦੇ ਨੂੰ ਕਰਨਾ ਹੀ ਪੈਂਦਾ ਵਾ ਨਾ। ਬਿਲਕੁਲ, ਚਲ ਵਧੀਆ ਹੋ ਗਿਆ ਭਾਜੀ ਕਿ ਜਿਹੜਾ ਆਪਰੇਸ਼ਨ ਵਧੀਆ ਹੋ ਗਿਆ ਵਾ। ਬਿਲਕੁਲ ਜੀ, ਬਿਲਕੁਲ, ਟੈਨਸ਼ਨ ਮੁੱਕੀ। ਹਾਂਜੀ ਹਾਂਜੀ, ਚਲੋ ਭਾਜੀ ਬੋਲਣ ਡਿਆ ਪਊਗੀ ਤੇ ਕਿਤੇ ਸਾਨੂੰ ਵੀ ਹੋਊਗਾ, ਘਰ 'ਚ ਰੌਣਕ ਲੱਗ ਜੂਗੀ, ਗੱਲਾਂ ਬਾਤਾਂ ਜਿਹੜੀਆਂ ਕਰੂਗੀ। ਹਾਂਜੀ ਭੈਣ ਜੀ, ਇਹ ਤਾਂ ਗੱਲ ਸਹੀ ਹੈ ਤੁਹਾਡੀ। ਚਲ ਭੈਣ ਜੀ, ਸਾਨੂੰ ਹੁਣ ਨਾ ਛੁੱਟੀ ਦਿਓ, ਅਸੀਂ ਵੀ ਹੁਣ ਜਾਈਏ। ਭੈਣ ਜੀ ਸੁਣੋ ਗੱਲ, ਰੋਟੀ ਬਿਲਕੁਲ ਤਿਆਰ ਹੈ, ਰੋਟੀ ਖਾ ਕੇ ਜਾਇਓ। ਨਹੀਂ ਰੋਟੀ ਨਹੀਂ ਗੀ ਖਾਣੀ, ਸਾਨੂੰ 3 ਦਿਨ ਹੋ ਗਏ ਆਇਆਂ ਨੂੰ, ਹੁਣ ਅਸੀਂ ਵੀ ਘਰ ਦਾ ਜਾ ਕੇ ਵੇਖੀਏ, ਅੱਗੇ ਲੋੜ ਹੋਊ ਨਾ ਤੁਸੀਂ ਦੱਸਿਓ ਅਸੀਂ ਆਵਾਂਗੇ, ਤੇ ਉੱਦਾਂ ਵੀ ਹਫ਼ਤੇ ਤੱਕ ਫੇਰਾ ਮਾਰਾਂਗੇ। ਨਹੀਂ ਭਾਜੀ, ਫਿਰ ਹੁਣ ਤੁਹਾਨੂੰ ਪਤਾ ਵੀ 4-5 ਦਿਨ ਹੋ ਗਏ ਆ, ਤੇ ਫਿਰ ਘਰ ਵੀ ਹੁਣ ਹੈ ਨਹੀਂ ਹੈ ਘਰ, ਤੇ ਤੁਸੀਂ ਨਾ ਬਾਕੀ ਜੋਤ ਦਾ ਧਿਆਨ ਹੁਣ ਤੁਸੀਂ ਰੱਖਣਾ ਵਾ, ਤੁਸੀਂ ਮਾਂ ਪਿਓ ਜੇ। ਭੈਣ ਜੀ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਕੋਈ ਗੱਲ ਨਹੀਂ, ਜੋ ਠੀਕ ਹੋ ਜਾਊਗਾ ਮੈਂ ਤੁਹਾਨੂੰ ਮਿਲ ਲਾਉਗੀ ਪਿੰਡ। ਚਲੋ ਠੀਕ ਹੈ ਜੀ, ਮਾਰੇ ਚੱਕਰ ਫਿਰ। ਹਾਂ ਚਲੋ ਠੀਕ ਹੈ ਭਾਜੀ, ਠੀਕ ਹੈ ਜੀ, ਠੀਕ ਹੈ, ਠੀਕ ਚੰਗਾ ਭੈਣ ਜੀ, ਠੀਕ ਠੀਕ ਆ ਭਾਜੀ, ਠੀਕ ਹੈ। ਦੀਪਾ ਹਾਂਜੀ, ਪ੍ਰੈਸ਼ਰ ਤੇ ਹੋ ਗਿਆ ਵਧੀਆ। ਹਾਂਜੀ, ਬਾਕੀ ਇਹ ਆ ਵੀ ਥੋੜਾ ਜਿਹਾ ਆਪ ਖਿਆਲ ਰੱਖੋ, ਹੁਣ ਜੋ ਬੰਦਾ ਚਲੋ ਬਾਹਰ ਅੰਦਰ ਵੀ ਜਾਣਾ ਪੈਂਦਾ। ਹਾਂਜੀ ਹਾਂਜੀ, ਤੇ ਹੁਣ ਕੰਮ ਤੇ ਸਾਰੇ ਵਧੀਆ ਹੋ ਗਏ ਆ, ਤੇ ਐਵੇਂ ਥੋੜੀ ਜਿਹੀ ਅਣਗਹਿਲੀ ਕਰਕੇ ਨਾ ਕਿਤੇ ਕੰਮ ਖਰਾਬ ਹੋ ਜਾਵੇ। ਠੀਕ ਆ, ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ, ਕੋਈ ਗੱਲ ਨਹੀਂ, ਰੁਪਿੰਦਰ ਵੀ ਬੜਾ ਖਿਆਲ ਰੱਖਦੀ ਆ, ਤੇ ਮੈਂ ਵੀ ਹਨਾ ਰੋਟੀ ਪਾਣੀ ਹੀ ਕਰਕੇ ਟਾਈਮ ਦੇ ਨਾਲ ਨੂੰ ਦਿਆ ਕਰਾਂਗੇ। ਬਿਲਕੁਲ ਬਿਲਕੁਲ, ਜੋ ਵੀ ਹੈ ਨਾ ਇੱਕ ਜਣਾ ਉਹਦੇ ਲਾਗੇ ਰਹੋ, ਥੋੜਾ ਜਿਹਾ ਥੋੜਾ ਡਾਈਟ ਦਾ ਖਿਆਲ ਰੱਖਾਂਗੇ ਨਾ, ਤੇ ਛੇਤੀ ਰਿਕਵਰ ਹੋ ਜਾਓਗੇ। ਠੀਕ ਠੀਕ, ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਤੁਸੀਂ ਜਾਓ ਆਪਣੇ ਕੰਮ ਤੇ। ਚਲੋ ਮੈਂ ਉਹ ਆਉਣਾ ਵਾ। ਹਾਂ ਠੀਕ, ਤੇ ਮਾਰ ਆਉਣਾ ਸ਼ਹਿਰੋਂ ਚੱਕਰ। ਠੀਕ ਹੈ, ਠੀਕ ਹੈ, ਓਕੇ। ਹਾਂਜੀ ਮੈਂ ਬੁਲਾਉਂਦੇ। ਮੈਂ ਤੈਨੂੰ ਇਸ ਕਰਕੇ ਬੁਲਾਇਆ ਸੀ ਵੀ ਡੈਡੀ ਤੇਰੇ ਕਹਿਣ ਡੇ ਸੀ ਵੀ ਜੋਤ ਦਾ ਨਾ ਪੂਰਾ ਖਿਆਲ ਰੱਖਿਓ। ਹਾਂਜੀ, ਟਾਈਮ ਦੇ ਨਾਲ ਉਹਨੂੰ ਦਵਾਈਆਂ ਜਿਹੜੀਆਂ ਦੇ ਦਿੱਤੀਆਂ, ਅਤੇ ਬਾਕੀ ਆ ਵੀ ਐਕਸਰਸਾਈਜ਼ ਕਰਾਉਣ ਵਾਸਤੇ ਨਾ ਕਿਸੇ ਨੇ ਘਰ ਆਇਆ ਕਰਨਾ ਆ। ਅੱਛਾ, ਹਾਂ, ਅਤੇ ਉਹ ਆ ਵੀ ਪੂਰਾ ਤੂੰ ਧਿਆਨ ਰੱਖਣਾ ਹੈ ਨਾ। ਠੀਕ ਹੈ, ਟਾਈਮ ਨਾਲ ਰੋਟੀ ਪਾਣੀ, ਮਤਲਬ ਜੇ ਜੋ ਵੀ ਖਾਣਾ ਉਹਨੇ ਹੈ ਨਾ, ਖਿਚੜੀ ਬਣਾਤੀ ਜਾਂ ਦਲੀਆ ਬਣਾਤਾ, ਜਾਣ ਪੁੱਛ ਲਿਆ ਕੀ ਖਾਣਾ ਆ। ਉਹ ਮੈਂ ਤਾਂ ਆਪ ਸਗੋਂ ਮੰਮੀ ਜੀ ਸੋਚਣ ਦੀ ਆ, ਸ਼ੇਸ਼ਦੀ ਬੋਲੇ ਬੜੀ ਰੌਣਕ ਹੋ ਜਾਣੀ ਘਰ ਚ, ਗੱਲਾਂ ਬਾਤਾਂ ਕਰੋਗੀਆਂ। ਓਹੀ ਨਾ, ਤੇ ਨਾਲੇ ਇਹ ਆ ਵੀ ਮੇਰੀ ਸੁਣ ਗੱਲ, ਤੂੰ ਵੀ ਪੁੱਤ ਬੜਾ ਸਾਥ ਦਿੱਤਾ, ਠੀਕ ਹੈ, ਬੜਾ ਧਿਆਨ ਰੱਖਿਆ, ਤੇ ਨਾਲੇ ਹੁਣ ਜਿਹੜਾ ਕੰਮ ਆ ਨਿਆਣੇ ਸਿਆਣੇ ਹੈਗੀ ਉਹਨੂੰ ਤੂੰ ਸਿਖਾਏਗੀ, ਤੂੰ ਸਿੱਖ ਜਾਊਗੀ। ਕੋਈ ਨਹੀਂ, ਫਿਰ ਕੀ ਆ ਸਾਥ ਦੇਣ ਵਾਲੀ, ਕੀ ਆਪਾਂ ਹੀ ਦੇਣਾ ਵਾ, ਅਸੀਂ ਕਿਹੜੇ ਬਗਾਨੇ ਆ ਕਿਤੇ। ਤੂੰ ਜਿਹੜਾ ਖਿਆਲ ਹੈ ਤੂੰ ਰੱਖਣਾ ਜੀ, ਕਿਸੇ ਵੇਲੇ ਤੈਨੂੰ ਪਤਾ ਮੈਂ ਵੀ ਦਵਾਈਆਂ ਦਵਾਈਆਂ ਲੈਣੀ, ਕਿਸੇ ਮੈਨੂੰ ਚੇਤੇ ਚੋਂ ਗੱਲ ਨਿਕਲ ਜਾਂਦੀ, ਮੈਨੂੰ ਚੇਤਾ ਨਹੀਂ ਦਿੰਦਾ। ਹਾਂਜੀ, ਤੇ ਇਹ ਤੂੰ ਧਿਆਨ ਨਾਲ ਦਿਆ ਕਰੀ ਦਵਾਈ। ਨਹੀਂ ਨਹੀਂ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਕੋਈ ਵੀ ਮੈਡੀਸਨ ਟਾਈਮ ਨਾਲ ਦਿਆ ਕਰੂੰਗੀ, ਉਹਨੂੰ ਰੋਟੀ ਵੀ ਟਾਈਮ ਨਾਲ ਦੇ ਦਿਆ ਕਰੂੰਗੀ, ਕੋਈ ਨਹੀਂ, ਸਾਰੇ ਕੰਮ ਕਰ ਲੈਣੇ। ਸਾਰੀ ਨਾ ਹੁਣ ਡੈਡੀ ਤੇਰੇ ਨੇ ਮੈਨੂੰ ਕਿਹਾ ਵੀ ਰੁਪਿੰਦਰ ਨੂੰ ਦੇ ਦਿਓ। ਠੀਕ ਹੈ, ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਫਿਕਰ ਨਾ ਕਰੋ ਤੁਸੀਂ, ਕੋਈ ਨਹੀਂ, ਸਾਰੇ ਕੰਮ ਕਰਾਂਗੀ। ਮੈਂ ਬਸ ਉਹਨੂੰ ਉਠਾ ਨਹੀਂ ਦੇਣਾ ਜਾਂਦਾ, ਕੱਲ੍ਹ ਠੀਕ ਨਹੀਂ ਹੁੰਦੀ, ਇਹ ਕਿ ਬਿਲਕੁਲ ਠੀਕ ਹੋ ਜਾਊਗੀ ਨਾ, ਹੋ ਜਾਊਗੀ ਨਾ ਚੰਗੀ ਤਰ੍ਹਾਂ, ਅੱਛਾ ਛੇਤੀ ਜਿਹੜੀ ਹੈ ਰਿਕਵਰ ਹੋ ਜਾਂਦੀ ਹੈ। ਉਹੀ ਨਾ, ਹਾਂਜੀ, ਜਿਹੜੀ ਹੈ। ਨਹੀਂ ਨਹੀਂ ਕੋਈ ਗੱਲ ਨਹੀਂ, ਚੱਲ ਪੁੱਤ ਕਰ ਲਾ ਤੂੰ ਕੰਮ। ਹਾਂਜੀ, ਮੈਂ ਵੀ ਜਣਾ ਚੇਂਜ ਚੂੰਜ ਕਰ ਲਾਂ ਡਰੈਸ, ਨਾਲੇ ਕਿ ਐਡਜਸਟ ਕਰ ਲਈ ਹੈ ਨਾ। ਕਰ ਲਓ ਕਰ ਲਓ। ਠੀਕ, ਚੱਲ ਮੈਂ ਵੀ ਇਹੋ ਚਾਹੁੰਦੀ ਸੀ ਕਿ ਇਹ ਵਾਲੀ ਸਾਰੀ ਜ਼ਿੰਮੇਵਾਰੀ ਨਾ ਮੇਰੇ ਹੱਥ ਵਿੱਚ ਆਵੇ, ਤੇ ਠੀਕ ਤੈਨੂੰ ਹੁਣ ਮੈਂ ਚੰਗੀ ਤਰ੍ਹਾਂ ਹੀ ਕਰੂੰ ਵੇਖੀ। ਆਪਣੇ ਘਰ ਆਈ ਮੈਂ ਤਾਂ
शुक्र ही किया कि ना मेरी गल सुनो मैनू उत्थे फाहे ला गए तो आप तुसीं घर आ गए तीन दिन तेरा सूली तो टंगी रही उत्थे मैं नहीं तो तू कड़ी कली ही कली का की मतलब होया एवें कदी कोई इधरों आ जाए डॉक्टर आ जाए कदी इन्हां दा जी कोई आ जाए मैं एवें छदाई बैठी रही ठंड दे विच उत्थे ते तू जदों मां ही ते तू ही जाना ही होर किने जाना मां ही मैं प्यो दे जस गाउणा इहने मां दे नहीं गाउणे वेख लियो मां जिन्ना मर्जी कर ले मैं तरे ही रहनी आ नहीं हुण तू तीन चार दिन लागे रही है उन्हूं नहीं पता भी प्यो लागे रहा कि मां रही है ते प्यो ही रहिंदा लागे सगों मैं कली ने घर रह लैणा ही घर मैनूं की होण डिया टिटरां पैंदियां ही नाले मैं घर दा काम करदी अपना काम का ते तेरे को सारी उम्र मुका ना ना जे मेरे को का नहीं मुका तीन दिन कल्ले रहे ही कर ते मुका लेंदे का मेरी गल सुन ओथे ते बड़ियां तो मिठियां गल्लां मारन डई है ते मारनियां ही फाइल लाया ही ओथे हुण लड़दी उहनां नाल नाले आंदे जे भी ओथे जाके गल्लां करदियां तू ते मेरी बेइज्जती हुंदी आ ते फिर मिठियां ही मारनियां ही मैं चल हो गया ता प्रश्न हो जाना उन्हें ठीक बथेरिया गल्लां तुहाडे नाल करिया करनियां सुनदे रहिया करियो ओहदियां ते जाओ जाके काम करो मैं भी कड़ी रेस्ट करां मैं लखा रुपये लाए ही मेरे को ते काम नहीं आया रुख चल भाजी हुणा दा धन्नवाद जिहड़ा विचारिया ने उहदी आवाज लाई चंगा वेख बथेरा वा सिर खा लिया धन्नवाद धन्नवाद ओह मतरइयां वाली गल कर छड़ी ना चार दिन भन्न के भी आई है ते की फायदा होया तेरे जाण दा इहदे नाल तूं घर ही बैठी रहिंदी चलो जदों तक ठीक नहीं होंदी उदों तक मैं अपनी रिविज़न कर लैनी हाँ एक तो यह है कि मेरा टाइम बच जूगा दूजा नाले जे रेस्ट ही करनी है तो वेले रह के करांगी भी की